हजे गड्डी दी चाबी ला के नीचे ही उतरिया सी बंदा ते उहनूं गड्डी उहनां ने ठोकर ली। सो कहण दा मतलब कि पार्किंग जिन्हां नूं भी दित्ती है प्राइवेट पार्किंग वाले ਉਹ ਗੁੰਡਾਗਰਦੀ ਕਰ ਰਹੇ ਹੈ ਬਠਿੰਡੇ ਦੇ ਲੋਕਾਂ ਦੀ। ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ। 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਸਰਕਾਰ ਤੇ ਹੈ, ਇਸ ਦੇ ਬਾਵਜੂਦ ਵੀ ਅਸੀਂ ਬਿਜਲੀ ਪਾਣੀ ਮੁਫਤ ਦੇ ਰਹੇ ਹਾਂ ਕਿਦੋਂ ਦੇ। ਇਹਨਾਂ ਨੇ 1.25 ਕਰੋੜ ਰੁਪਏ ਦਾ ਤਕਰੀਬਨ ਕਿ 1.15 ਦਾ ਠੇਕਾ ਦਿੱਤਾ ਹੈ। ਉਹ ਜਿਹਨੂੰ 1.15 ਜਿਹਨੇ ਭਰਨਾ ਉਹ 2 ਕਮਾਏਗਾ, ਜਦੋਂ 2 ਕਮਾਏਗਾ ਤਾਂ ਬਠਿੰਡੇ ਵਾਲਿਆਂ ਦੀ ਧੌਣ ਤੇ ਅੰਗੂਠਾ ਰੱਖੇਗਾ। ਜੇ ਮੇਅਰ ਸਾਡਾ ਹੁੰਦਾ ਤਾਂ ਸ਼ਾਇਦ ਇਹ ਫੈਸਲਾ ਹੋਣ ਹੀ ਨਹੀਂ ਦਿੰਦੇ ਸੀ ਸਾਡੇ ਜਿਹੜੇ MC ਸਾਹਿਬਾਨ ਚੁਣੇ ਵਿੱਚ ਜਿੱਤੇ ਹੋਏ, ਕਿਉਂਕਿ ਪਤਾ ਨਹੀਂ ਲਾਲਚ ਕੀ ਹੈ, ਗੜਬੜ ਕੀ ਹੈ। ਬਠਿੰਡਾ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਕਿੰਗ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਲੰਮੇ ਸਮੇਂ ਤੋਂ ਬਠਿੰਡਾ ਵਾਸੀਆਂ ਨੂੰ ਪਾਰਕਿੰਗ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੋ ਅੱਜ ਮੈਂ ਨਗਰ ਨਿਗਮ ਆਇਆ ਸੀ ਕਿਉਂਕਿ ਮਗਰਲੇ ਕਈ ਦਿਨਾਂ ਤੋਂ ਬਠਿੰਡਾ ਦੇ ਲੋਕ ਮੈਨੂੰ ਟੈਲੀਫੋਨ ਕਰ ਰਹੇ ਸੀ ਕਿ ਪਾਰਕਿੰਗ ਦਾ ਜਿਹੜਾ ਮਸਲਾ ਹੈ, ਸਾਡੀਆਂ ਸ਼ਰੇਆਮ ਕਾਰਾਂ ਚੱਕ ਕੇ ਪਾਰਕਿੰਗ ਵਾਲੇ ਲੈ ਜਾਂਦੇ ਹੈ ਬਿਨਾਂ ਤਲਾਹ ਦਿੱਤੇ। ਕਈ ਥਾਂ ਤੇ ਔਰਤਾਂ ਸਾਡੀਆਂ ਭੈਣਾਂ ਵਿਚਾਰੀਆਂ ਬਾਜ਼ਾਰ 'ਚ ਆ ਰਹੀਆਂ, ਉਹਨਾਂ ਦੀ ਗੱਡੀ ਲੈ ਜਾਂਦੇ ਚੱਕ ਕੇ। ਸੋ ਫਿਰ ਮੈਂ ਅਰੁਣ ਜੀ ਨੇ ਨੂੰ ਮੈਂ ਜਦੋਂ ਇਹ ਮਸਲੇ ਬਾਰੇ ਪੁੱਛਿਆ, ਇਹਨਾਂ ਨੇ ਮੈਨੂੰ ਪ੍ਰੋਪਰ ਜਾਣਕਾਰੀ ਦਿੱਤੀ ਕਿ ਮਸਲਾ ਆ ਹੈ। ਰਾਜਨ ਜੀ ਨਾਲ ਗੱਲ ਹੋਈ, ਸਮੂਹ ਕਾਂਗਰਸੀਆਂ ਨਾਲ ਗੱਲ ਹੋਈ, MC ਸਾਹਿਬਾਨਾਂ ਨਾਲ। ਸੋ ਅੱਜ ਮੈਂ ਮਾਨਸਾ ਤੋਂ ਆ ਰਿਹਾ ਸੀਗਾ ਤੇ ਮੈਂ ਕਿਹਾ ਕਿਉਂ ਨਾ ਆਪਾਂ ਕਾਰਪੋਰੇਸ਼ਨ ਦਾ ਦੌਰਾ ਕਰੀਏ, ਮਿਲੀਏ ਉਹਨਾਂ ਨੂੰ। ਸੋ ਰਾਸਤੇ 'ਚ ਮੈਂ ਆਇਆ, ਇਸੇ ਤਰ੍ਹਾਂ ਦਾ ਮਾਹੌਲ ਆ ਨੀਚੇ ਜਿੱਥੇ ਦੀਪਕ ਢਾਬਾ ਉੱਥੇ ਬਣਿਆ ਸੀ, ਗੱਡੀ ਟੋਕਰੀ ਜਾਂਦੇ ਸੀ। ਉਹ ਹਜੇ ਗੱਡੀ ਦੀ ਚਾਬੀ ਲਾ ਕੇ ਨੀਚੇ ਹੀ ਉਤਰਿਆ ਸੀ ਬੰਦਾ ਤੇ ਉਹਨੂੰ ਗੱਡੀ ਉਹਨਾਂ ਨੇ ਟੋਕਰ ਲਈ। ਸੋ ਕਹਿਣ ਦਾ ਮਤਲਬ ਕਿ ਪਾਰਕਿੰਗ ਜਿਨ੍ਹਾਂ ਨੂੰ ਵੀ ਦਿੱਤੀ ਹੈ ਪ੍ਰਾਈਵੇਟ ਪਾਰਕਿੰਗ ਵਾਲੇ, ਉਹ ਗੁੰਡਾਗਰਦੀ ਕਰ ਰਹੇ ਹੈ ਬਠਿੰਡੇ ਦੇ ਲੋਕਾਂ ਦੀ। ਇਹ ਹਰਗਿਜ਼ ਮਨਜ਼ੂਰ ਨਹੀਂ ਹੈ। ਮੈਂ ਗੱਡੀ ਉਹਨਾਂ ਤੋਂ ਛੁਡਵਾ ਦਿੱਤੀ ਹੈ ਔਰ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ, ਉਹਨਾਂ ਨੇ ਯਕੀਨ ਦਵਾਇਆ ਹੈ ਕਿ ਅਸੀਂ ਇਹ ਮਸਲਾ ਜਲਦੀ ਹੱਲ ਕਰ ਦਿਆਂਗੇ, ਜਾਂ ਤਾਂ ਕੱਲ੍ਹ ਕਰ ਦਿਆਂਗੇ ਜਾਂ ਪਰਸੋਂ ਕਰ ਦਿਆਂਗੇ। ਉਹਨਾਂ ਨੇ ਕਿਹਾ ਵੀ ਇਹ 60 ਲੱਖ ਰੁਪਇਆ ਇਹਨੂੰ ਚਲਾਉਣ ਤੇ ਰਨਿੰਗ ਕੋਸਟ ਆਉਂਦੀ ਹੈ, ਤੇਰੇ ਤੇ ਇੰਨੇ ਪੈਸੇ ਲੱਗੇ ਸਰਕਾਰ। ਮੈਂ ਕਿਹਾ ਸਰਕਾਰਾਂ ਤਾਂ ਪੈਸੇ ਲਾਉਂਦੀਆਂ ਹੁੰਦੀਆਂ, ਉਹਨਾਂ ਨੇ ਇਹ ਨਹੀਂ ਦੱਸਿਆ। ਮੈਂ ਕਿਹਾ 1 ਵਾਰ ਵੀ 15 ਕਰੋੜ ਰੁਪਇਆ ਇਹਦੇ ਤੇ ਲੱਗਿਆ ਹੋਣਾ, ਤੁਹਾਨੂੰ ਪਤਾ ਨਹੀਂ ਲੱਗਿਆ ਕਿੱਥੇ ਲੱਗਿਆ ਉਹ। ਸੋ ਉਹ ਗਿਣਤੀ 'ਚ ਨਹੀਂ ਹੋਣਾ, ਜੇ ਹਿਸਾਬ ਕਰਾਂਗੇ ਤਾਂ ਉਹ 15 ਕਰੋੜ ਰੁਪਇਆ ਵੀ ਸਰਕਾਰ ਦਾ ਐਕਸੈਸ 'ਚ ਆਜੂਗਾ। ਸੋ ਕਹਿਣ ਦਾ ਭਾਵ ਹੈ ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ। 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਸਰਕਾਰ ਤੇ ਹੈ, ਇਸ ਦੇ ਬਾਵਜੂਦ ਵੀ ਅਸੀਂ ਬਿਜਲੀ ਪਾਣੀ ਮੁਫਤ ਦੇ ਰਹੇ ਹਾਂ ਕਿਦੋਂ ਦੇ। ਹੋਰ ਬਹੁਤ ਸਾਰੀਆਂ ਸਹੂਲਤਾਂ, ਚੁੰਗੀਆਂ, ਹੋਰ ਚੀਜ਼ਾਂ ਮੁਫਤ ਨੇ। ਸਰਕਾਰਾਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ। ਮੈਂ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਹੈ, ਇਹਨਾਂ ਨੇ 1.25 ਕਰੋੜ ਰੁਪਏ ਦਾ ਤਕਰੀਬਨ ਕਿ 1.15 ਦਾ ਠੇਕਾ ਦਿੱਤਾ ਹੈ। ਉਹ ਜਿਹਨੂੰ 1.15 ਜਿਹਨੇ ਭਰਨਾ ਉਹ 2 ਕਮਾਏਗਾ, ਜਦੋਂ 2 ਕਮਾਏਗਾ ਤਾਂ ਬਠਿੰਡੇ ਵਾਲਿਆਂ ਦੀ ਧੌਣ ਤੇ ਅੰਗੂਠਾ ਰੱਖੇਗਾ। ਸੋ ਮੈਂ ਇਹਨਾਂ ਨੂੰ ਆਖਿਆ ਕਿ ਕਿਰਪਾ ਕਰਕੇ, ਤੁਹਾਡਾ 172 ਕਰੋੜ ਰੁਪਏ ਦਾ ਬਜਟ ਹੈ, ਇਹ ਨਹੀਂ ਕਹਿ ਰਹੇ ਸੀ ਕਾਰਪੋਰੇਸ਼ਨ ਦਾ ਕਿੰਨਾ ਬਜਟ ਹੈ? 175। ਸੋ ਮੈਂ ਕਿਹਾ ਭਾਈ 60 ਲੱਖ ਰੁਪਇਆ ਹੋਰ ਕਾਰਪੋਰੇਸ਼ਨ ਪਾ ਦੇ, ਤੁਸੀਂ ਉਹਨੂੰ ਕਮਾਈ ਦਾ ਧੰਦਾ ਨਾ ਬਣਾਓ। ਜੇ 60 ਲੱਖ ਕਾਰਪੋਰੇਸ਼ਨ ਹੋਰ ਬਣਾਏਗੀ ਤਾਂ ਇੱਥੇ ਕੋਈ ਪ੍ਰਾਈਵੇਟ ਠੇਕੇਦਾਰ ਨਹੀਂ ਹੋਏਗਾ, ਪ੍ਰਾਈਵੇਟ ਠੇਕੇਦਾਰ ਨਹੀਂ ਹੋਏਗਾ। ਜਿਹਨੇ ਲੋਕਾਂ ਨੂੰ ਸਹੂਲਤ ਆ ਉਹ ਪਾਰਕਿੰਗ 'ਚ ਲਾ ਲੈਣ ਤੇ ਦੂਜੇ ਆਪਦਾ ਬਾਹਰ ਲਾ ਲੈਣ, ਔਰ ਜੇ ਇਹਨਾਂ ਨੂੰ ਆਦਤ ਵੀ ਪਾਉਣੀ ਹੈ ਤਾਂ ਹੌਲੀ ਹੌਲੀ ਇੱਥੇ ਆਪਦੇ ਪੁਲਿਸ ਕਰਮਚਾਰੀਆਂ ਨੂੰ ਕਹੋ ਵੀ ਇਹਨਾਂ ਨੂੰ ਦੱਸਣ ਵੀ ਭਾਈ ਯਾਰ ਉੱਥੇ ਪਾਰਕਿੰਗ 'ਚ ਲਾ ਕੇ ਆਓ, ਨਾ ਕਿ ਚਲਾਨ ਕੱਟ ਕੇ ਉਹਨਾਂ ਦੀ ਗੱਡੀ ਪਾ ਕੇ ਲੈ ਜਾਣ 1000 ਰੁਪਇਆ। ਇਹ ਤਾਂ 2 ਕੰਮ ਹੋ ਗਏ, ਉਧਰੋਂ ਤੁਸੀਂ ਪਾਰਕਿੰਗ ਠੇਕੇ ਦਿੱਤੀ, ਉਧਰੋਂ ਪੁਲਿਸ ਵੀ ਨਾਲ ਆਹ ਕੰਮ ਚੱਲ ਪਿਆ, 1000-1000 ਰੁਪਏ ਵਾਲਾ ਜਿਹੜੀ ਬੌਂਡ ਕਰ ਦਿਓਗੇ ਫੜ ਕੇ ਲੈ ਜਾਓਗੇ। ਸੋ ਇਹਨਾਂ ਨੇ ਯਕੀਨ ਦਵਾਇਆ ਕਿ ਮੇਰਾ ਮਸਲਾ ਹੱਲ ਕਰ ਦਿਆਂਗੇ। ਜੇ ਇਹ ਮਸਲਾ ਹੱਲ ਨਹੀਂ ਹੁੰਦਾ, ਕਿਸੇ ਨੇ ਉੱਥੇ ਮੈਨੂੰ ਘੇਰ ਲਿਆ, ਕਹਿੰਦੇ ਵੀ ਇਹਦਾ ਕਾਂਗਰਸੀ ਤੁਹਾਡਾ ਮੇਅਰ ਹੈ। ਮੈਂ ਉਹਨੂੰ ਦੱਸਿਆ ਵੀ ਕਾਂਗਰਸੀ ਮੇਅਰ ਸਾਹਿਬ ਨਹੀਂ ਨੇ, ਮੈਂ ਬਹੁਤ ਸਤਿਕਾਰ ਕਰਦਾ ਸਾਡੇ ਭੈਣ ਜੀ ਹੋਰਾਂ ਦਾ, ਕਿਉਂਕਿ ਇੱਕ ਔਰਤ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਪਰ ਲੇਕਿਨ ਉਹ ਅੱਜ ਕੱਲ੍ਹ BJP 'ਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਹੈ, ਸਾਡੇ ਨਾਲ ਨਹੀਂ ਹੈ। ਕਾਂਗਰਸ ਦੀ ਕਾਰਪੋਰੇਸ਼ਨ
ਹੁਣ ਸਾਡਾ ਮੇਅਰ ਨਹੀਂ ਹੈ ਇਸੇ ਕਰਕੇ ਜੇ ਮੇਅਰ ਸਾਡਾ ਹੁੰਦਾ ਤਾਂ ਸ਼ਾਇਦ ਇਹ ਫੈਸਲਾ ਹੋਣ ਹੀ ਨਹੀਂ ਦਿੰਦੇ ਸੀ ਸਾਡੇ ਜਿਹੜੇ ਐਮਸੀ ਸਾਹਿਬਾਨ ਚੁਣੇ ਵਿੱਚ ਜਿੱਤੇ ਵੀ ਨੇ ਕਿਉਂਕਿ ਪਤਾ ਨਹੀਂ ਲਾਲਚ ਕੀ ਹੈ ਗੜਬੜ ਕੀ ਹੈ ਗੜਬੜ ਕੀ ਹੈ ਕੀ ਲਾਲਚ ਹੈ ਕਿਉਂ ਠੇਕੇਦਾਰਾਂ ਨੂੰ ਇੰਨੀ ਉਹ ਤਰਜੀਹ ਦਿੱਤੀ ਜਾ ਰਹੀ ਹੈ ਸਰਕਾਰ ਦੇ ਪੈਸੇ ਨਾਲ ਬਣਿਆ ਇਹ ਕਿਸੇ ਦੇ ਪ੍ਰਾਈਵੇਟ ਪੈਸੇ ਨਾਲ ਨਹੀਂ ਪਾਰਕਿੰਗ ਬਣੀ ਸੋ ਠੇਕੇਦਾਰਾਂ ਨੂੰ ਕਿਉਂ ਤਰਜੀਹ ਦਿੱਤੀ ਜਾ ਰਹੀ ਹੈ ਇਹਦੇ 'ਚ ਕੀ ਗੱਲ ਹੈ ਇਹ ਵੀ ਹਜੇ ਘੋਖ ਪੜਤਾਲ ਕਰਨ ਦੀ ਲੋੜ ਹੈ ਲੇਕਿਨ ਮੇਰੀ ਬੇਨਤੀ ਆ ਅੱਜ ਅਸੀਂ ਰਿਕੁਐਸਟ ਕੀਤੀ ਹੈ ਕਮਿਸ਼ਨਰ ਨੂੰ ਸਭ ਨੂੰ ਔਰ ਮੈਨੂੰ ਯਕੀਨ ਹੈ ਕਿ ਇਹ ਕਾਬਿਲ ਕਮਿਸ਼ਨਰ ਮੈਨੂੰ ਲੱਗੇ ਇਹਨਾਂ ਨੇ ਕਾਫੀ ਸਾਡੇ ਨਾਲ ਗੱਲਾਂ ਕੀਤੀਆਂ ਔਰ ਯਕੀਨ ਦਵਾਇਆ ਔਰ ਜੇ ਕੰਮ ਸਿਰੇ ਨਾ ਚੜਿਆ ਆਉਣ ਵਾਲੇ ਸਮੇਂ 'ਚ ਤਾਂ ਫਿਰ ਸਾਨੂੰ ਸੜਕਾਂ 'ਤੇ ਵੀ ਉਤਰਨਾ ਪੈ ਸਕਦਾ ਲੜਾਈ ਵੀ ਲੜਾਂਗੇ ਧਰਨਾ ਵੀ ਲਾਵਾਂਗੇ ਤੇ 100% ਬਠਿੰਡੇ ਵਾਲਿਆਂ ਨੂੰ ਇਸ ਜਿਹੜੀ ਗੁੰਡਾਗਰਦੀ ਹੈ ਪਾਰਕਿੰਗ ਵਾਲਿਆਂ ਦੀ ਇਹਦੇ ਤੋਂ ਬਚਾਉਣ ਦਾ ਕੰਮ ਸਾਡਾ ਬਣਦਾ ਕਿਉਂਕਿ ਸਾਨੂੰ ਬੇਸ਼ੱਕ ਮੇਅਰ ਸਾਡਾ ਹੋਵੇ ਨਾ ਹੋਵੇ ਪਰ ਸਾਡਾ ਫਰਜ਼ ਬਣਦਾ ਸਰਕਾਰ ਸਾਡੀ ਹੋਵੇ ਨਾ ਹੋਵੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਨਤਾ ਦੇ ਨਾਲ ਖੜਾ ਸੋ ਸੁਣੋ ਫਿਰ ਮੇਅਰ ਸਾਹਿਬ ਨੂੰ ਕਹੋ ਵੀ ਤੁਸੀਂ ਮਤਾ ਪਾਓ ਲਿਆਓ ਕਿ ਅਸੀਂ ਇਹਨੂੰ ਧੰਦਾ ਨਹੀਂ ਬਣਾਉਣਾ ਇਹਨੂੰ ਕਾਰਪੋਰੇਸ਼ਨ ਚਲਾਏਗੀ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਚੁਣੇ ਹੋਏ ਉਹ ਸਾਰੇ ਉਸ ਮਤੇ ਤੇ ਦਸਤਖਤ ਕਰਾਂਗੇ ਅਸੀਂ ਲੋਕ ਸਹਿਮਤੀ ਦੇਵਾਂਗੇ ਇਹ ਗੱਲਾਂ ਨਹੀਂ ਕੰਮ ਚੱਲਣਾ ਗੱਲਾਂ ਲੀਗਲ ਰਾਜ ਕੀ ਹੁੰਦੀ ਹੈ ਹਰ ਚੀਜ਼ ਦਾ ਨਾ ਜਿਹੜਾ ਕੰਮ ਨਾ ਹੋਣਾ ਹੋਵੇ ਉਹ ਵਿਧਾਨ ਸਭਾ 'ਚ ਵੀ ਸਰਕਾਰ ਕਹਿੰਦੀ ਹੈ ਉਹਦੇ ਤੇ ਲੀਗਲ ਓਪੀਨੀਅਨ ਲਵਾਂਗੇ ਜਿਹੜਾ ਕਿਸੇ ਨੇ ਨਾ ਕਰਨਾ ਹੋਵੇ ਮੈਂ ਮੇਅਰ ਹੈ ਮੈਂ ਮਾਲਕ ਹੈ ਮੈਂ ਰੱਦ ਕਰਤਾ ਜੀ ਪਾਰਕਿੰਗ ਕੌਂਸਲ ਜਿਹੜੇ ਪੈਸੇ ਆਏ ਹੋਏ ਫਿਰਾਤੇ ਵਾਪਸ ਇਹਦੇ ਤੇ ਲੀਗਲ ਰਾਜ ਲੈਣ ਦੀ ਕੀ ਲੋੜ ਹੈ ਬਈ ਨਹੀਂ ਜਦੋਂ ਮਤਾ ਪਾਇਆ ਸੀ ਕਈ ਵਾਰੀ ਅਸੀਂ ਕੰਮ ਕਰ ਲੈਂਦੇ ਹਾਂ ਮੰਨ ਲਓ ਚਲੋ ਮੇਅਰ ਸਾਹਿਬ ਰਲੇ ਸੀ ਜਾਂ ਨਹੀਂ ਰਲੇ ਸੀ ਮੈਂ ਨਹੀਂ ਇਹ ਕੁਛ ਕਹਿਣਾ ਹਾਲਾਂਕਿ ਸਾਥੀ ਕਹਿੰਦੇ ਉਦੋਂ ਰਲੇ ਸੀ ਮੇਅਰ ਸਾਹਿਬ ਵੀ ਆਪ ਵੀ ਦਵਾਉਣਾ ਚਾਹੁੰਦੇ ਸੀ ਠੇਕੇਦਾਰ ਦਾ ਕੋਈ ਕਸੂਰ ਨਹੀਂ ਅਸੀਂ ਨਹੀਂ ਕਹਿੰਦੇ ਜਿੰਨਾ ਠੇਕਾ ਨਿਬੜ ਗਿਆ ਠੀਕ ਹੈ ਦੂਜੇ ਉਹਨੂੰ ਪੈਸੇ ਵਾਪਸ ਕਰ ਦਿੱਤੇ ਜਾਣ ਮੈਂ ਕਦੋਂ ਕਹਿੰਦਾ ਵੀ ਠੇਕੇਦਾਰ ਨੂੰ ਫਾਇਦਾ ਡੰਗ ਦਿਓ ਠੇਕੇਦਾਰ ਨੂੰ ਸਰਕਾਰ ਉਹਦੀ ਪੈਸੇ ਆਏ ਜਿਹੜੇ ਆਏ ਉਹ ਵਾਪਸ ਕਰ ਦੇਣ ਉਹਦੇ ਨਾਲ ਕਲੈਕਸ਼ਨ ਗਿਣ ਲੈਣ ਵੀ ਭਾਈ ਤੇਰੇ ਕੋਲ ਕਿੰਨੀ ਆਈ ਹੈ ਰੈਸਟ ਆਫ ਦਾ ਮਨੀ ਕਾਰਪੋਰੇਸ਼ਨ ਉਹਨੂੰ ਵਾਪਸ ਦੇ ਦੇ ਮੈਂ ਤਾਂ ਨਹੀਂ ਕਿਹਾ ਪਰ ਹਾਂ ਠੇਕੇਦਾਰ ਨੂੰ ਕਿਉਂਕਿ ਜਿਹੜਾ 1 ਕਰੋੜ 25 ਲੱਖ ਭਰੇਗਾ ਉਹ 2.5 ਕਰੋੜ ਰੁਪਇਆ ਕਮਾਵੇਗਾ ਤੇ ਲੋਕਾਂ ਦੇ ਗੱਲ 'ਚ ਉਠਾ ਦੇਗਾ ਇਹ ਨਹੀਂ ਹੋਣ ਦੇਵਾਂਗੇ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਅੱਜ ਮੈਨੂੰ ਮੇਰੇ ਕਾਂਗਰਸੀ ਸਾਰੇ ਭਰਾਵਾਂ ਨੇ ਇੱਥੇ ਬੁਲਾਇਆ ਸੀ ਇਸੇ ਕਰਕੇ ਮੈਂ ਇੱਥੇ ਆਇਆ ਉਹ ਸਾਡੇ ਕੋਲੇ ਭਾਈ ਬਹੁਮਤ ਹੋਰੇ ਵਾਸਤੇ 35 ਚਾਹੀਦੇ ਲਾਉਣ ਵਾਸਤੇ ਸਿਆਣਾ ਬਿਆਣਾ ਪੱਤਰਕਾਰ ਹੈ ਯਾਰ ਤੈਨੂੰ ਪਤਾ 2/3 ਮੈਜੋਰਿਟੀ ਚਾਹੀਦੀ ਹੈ ਜਿੱਦੇ ਸਾਡੇ ਆਖੇ ਲੰਡ ਹੋਏ ਇੱਦਾਂ ਹੀ ਲਾ ਦੇਣਾ ਉਹ ਅਸੀਂ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਇੱਦਾਂ ਹੀ ਲਾ ਦੇਣਾ ਸਮੇਂ ਦਾ ਇੰਤਜ਼ਾਰ ਹੈ ਤੇਜ਼ ਅੱਖ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਨਜ਼ਰ ਰੱਖੀ ਜਾ ਰਹੀ ਹੈ ਜਿੱਦੇ ਕੰਮ ਹੋਇਆ ਉਹਦੇ ਪਟਾਕਾ ਪਾ ਦੇਣਾ ਸੋ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਉਹਨਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਉਹਨਾਂ ਬਾਰੇ ਰਾਜਾ ਵੜਿੰਗ ਟਿੱਪਣੀ ਨਹੀਂ ਕਰ ਰਹੇ ਮੈਂ ਜਾਂਚ ਨਹੀਂ ਕਿਹਾ ਤੁਸੀਂ ਜਾਣ ਬੁੱਝ ਕੇ ਪੱਤਰਕਾਰਾਂ ਨੂੰ ਸਾਰਾ ਪਤਾ ਹੁੰਦਾ ਹੈ ਤੁਸੀਂ ਜਾਣ ਬੁੱਝ ਕੇ ਉਹ ਗੱਲ ਕਵਾਉਣਾ ਚਾਹੁੰਦੇ ਆ ਉਹ ਤੁਸੀਂ ਆਪੇ ਘੋਖ ਲਓ ਮੈਂ ਇਹ ਕਿਹਾ ਕਿ ਕੁਝ ਖਰਚਾ ਇਸ ਪਾਰਕਿੰਗ ਬਣਾਉਣ ਤੇ ਹੋਰ ਵੀ ਹੋਇਆ ਜਿਹੜਾ ਰਾਹੁਲ ਕਮਿਸ਼ਨਰ ਸਾਹਿਬ ਨੂੰ ਪਤਾ ਨਹੀਂ ਮੈਂ ਕਿਹਾ ਜਿੰਨਾ ਖਰਚਾ ਹੋਇਆ ਇਹਦੇ 15 ਕਰੋੜ ਹੋਰ ਜੋੜ ਲਓ ਉਹ ਵੀ ਯਾਰ ਸਭ ਨੂੰ ਸਭ ਕੁਝ ਪਤਾ ਜਾਣਕਾਰੀ ਮੈਂ ਕਿਹਾ ਇੱਕ ਮਿੰਟ ਆਮ ਆਦਮੀ ਪਾਰਟੀ ਦੇ MLA ਬਣੇ ਆ ਕੌਣ ਬਣੇ ਤੇ ਜਗਰੂਪ ਸਿੰਘ ਜੀ ਨੂੰ ਇਸ ਕਾਰਪੋਰੇਸ਼ਨ ਦੇ ਪੋਤੜੇ ਪਤਾ ਤੇ ਜਗਰੂਪ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਨੂੰ ਸਾਡੇ ਭਾਜੀ ਹੋਰਾਂ ਨੂੰ ਮੈਂ ਸਤਿਕਾਰ ਕਰਦਾ ਉਮਰ 'ਚ ਬਹੁਤ ਵੱਡੇ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਪਤਾ ਹੈ ਵੀ ਸੋਲਰ ਕਿੱਥੇ ਲੱਗਿਆ ਤੇ ਕਿਵੇਂ ਲੱਗਿਆ ਤੇ ਪਾਰਕਿੰਗ ਕੀ ਹੋਇਆ ਤੇ ਪੁਲ ਕੀ ਹੋਇਆ ਇਹ ਮੈਨੂੰ ਨਾ ਮੈਂ ਇਸ ਕੰਮ 'ਚ ਪੈਣਾ ਇਹ ਆਮ ਆਦਮੀ ਪਾਰਟੀ ਦਾ ਕੰਮ ਬਣਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਡੇ ਅੰਕਲ ਜਿਹੜੇ ਕਾਂਗਰਸ 'ਚ ਹੁੰਦੇ ਸੀ ਉਹ ਹੀ ਮੇਅਰ ਹੈ ਉਹਨਾਂ ਨੂੰ ਇੱਕ ਹੀ ਚੀਜ਼ ਪਤਾ ਮੈਨੂੰ ਤਾਂ ਹਜੇ ਮੈਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਜ਼ਿਆਦਾ ਪਤਾ ਹੁਣ ਵੇਖਣਾ ਹੋਵੇਗਾ ਕਿ ਬਠਿੰਡਾ ਦਾ ਪ੍ਰਸ਼ਾਸਨ ਪਾਰਕਿੰਗ ਦੇ ਇਸ ਮੁੱਦੇ ਨੂੰ ਕਿਵੇਂ ਹੱਲ ਕਰਦਾ ਹੈ ਬਠਿੰਡਾ ਤੋਂ ਸੁਖਜਿੰਦਰ ਮਾਨ ਦੀ ਰਿਪੋਰਟ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।